ਹਾਂਜੀ, ਅੱਜ ਦਾ ਮੁੱਦਾ ਜਿਹੜਾ ਹੈਗਾ ਵੀ ਰਾਜਪਾਲ ਜਿਹੜਾ ਸਿੱਧਾ ਆਫੀਸਰਾਂ ਦੇ ਨਾਲ ਮੁਲਾਕਾਤਾਂ ਜਿਹੜੀਆਂ ਕਰ ਰਿਹਾ, ਅਸਲੀ ਕਾਰਨ ਜਿਹੜਾ ਹੈਗਾ ਆ ਵੀ ਇਹ ਜਿੰਨੇ ਵੀ ਆਫੀਸਰ ਜਿਹੜੇ ਆਉਂਦੇ ਆ, ਵੱਡੇ ਜਿੰਨੇ ਵੀ ਆ, ਤੁਹਾਨੂੰ ਵੀ ਪਤਾ ਵੀ ਇਹ ਕੇਂਦਰ ਵੱਲੋਂ ਇਹ ਨਿਯੁਕਤ ਕੀਤੇ ਜਾਂਦੇ ਆ ਜੀ, ਤੇ ਜਿਹੜੀਆਂ ਰਾਜ ਸਰਕਾਰਾਂ ਹੁੰਦੀਆਂ ਇਹ ਉਹਨਾਂ ਤੋਂ ਮੰਗਦੇ ਆ ਵੀ ਸਾਨੂੰ ਆਹ ਆਫੀਸਰ ਏਦਾਂ ਦੇ ਚਾਹੀਦੇ, ਤਾਂ ਉਹ ਆਪਣੀ ਮਰਜ਼ੀ ਨਾਲ ਜਿਹੜੇ ਉਹਨਾਂ ਨੂੰ ਸੂਟੇਬਲ ਹੈਗੇ ਆ ਉਹ ਖਾਸ ਕਰਕੇ ਪੰਜਾਬ ਦੇ ਵਿੱਚ ਲਾਏ ਜਾਂਦੇ ਆ ਵੀ ਜਿਹੜੀ ਉਹ ਕੇਂਦਰ ਸਰਕਾਰ ਦੀ ਹੀ ਗੱਲ ਕਰਨ ਤੇ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਕੇਂਦਰ ਸਰਕਾਰ ਕੋਲ ਉਹ ਦੇਣ ਤੇ ਉਹਨਾਂ ਮੁਤਾਬਕ ਹੀ ਕੰਮ ਕਰਨ, ਕਿਉਂਕਿ ਜਿਹੜੀਆਂ ਅੱਜ ਆਮ ਆਦਮੀ ਪਾਰਟੀ ਹੋਵੇ ਜਿਹੜੀ ਕੇਂਦਰ ਸਰਕਾਰ ਨਾਲੋਂ ਇਹ ਹਮੇਸ਼ਾ ਪੰਜਾਬ ਦੀ ਤਰਾਸਦੀ ਰਹੀ ਆ ਵੀ ਹਮੇਸ਼ਾ ਬਹੁਤਰ ਵੀ ਜਿਹੜੀ ਪੰਜਾਬ ਸਰਕਾਰ ਹੁੰਦੀ ਆ ਉਹ ਕੇਂਦਰ ਦੇ ਉਲਟ ਵਾਲੀ ਹੁੰਦੀ ਆ ਤਕਰੀਬਨ, ਤੇ ਆਮ ਕਰਕੇ ਜਿਹੜੀ ਬੀਜੇਪੀ ਆ ਸਰਕਾਰ ਇਹਦਾ ਤਾਂ ਪਤਾ ਹੀ ਆ ਵੀ ਇਹ ਜੋ ਮੰਨ ਕੇ ਕਰ ਰਹੀ ਆ ਆਪਣੇ ਆਫਰਾਂ ਤੋਂ ਕਰਵਾ ਰਹੀ ਆ ਉਹਨਾਂ ਦੇ ਮਰਜ਼ੀ, ਦੂਸਰੀਆਂ ਆਪਣੇ ਆਪੋਜਿਟ ਸਰਕਾਰਾਂ ਨੂੰ ਥੱਲੇ ਲਾਉਣ ਵਾਸਤੇ ਉਹ ਆਫਰਾਂ ਤੋਂ ਕੰਮ ਹੀ ਓਦਾਂ ਦੇ ਕਰਾਉਣੇ ਆ, ਚਾਹੇ ਆਪਾਂ ਉਹਨੂੰ ਡਰੱਗ ਦਾ ਲੈ ਲਈਏ ਵੀ ਪੰਜਾਬ ਦੇ ਵਿੱਚ ਵਾ, ਕਿਉਂਕਿ ਅੱਜ ਤੁਸੀਂ ਦੇਖ ਲਓ ਵੀ ਡਰੱਗ ਜਿਹੜੀ ਆ ਉਹ ਖਤਮ ਨਹੀਂ ਹੋ ਰਹੀ, ਖਤਮ ਕੇਨ ਕਰਨੀ ਆ ਫੜਨੇ ਕੇਨ, ਉਹ ਤਾਂ ਜਿਹੜਾ ਪ੍ਰਸ਼ਾਸਨ ਆ ਉਹ ਨੀ ਫੜਨੇ ਆ ਨਾ, ਤੇ ਇਸ ਕਰਕੇ ਹੀ ਇਹ ਮੈਨੂੰ ਏਦਾਂ ਲੱਗਦਾ ਵੀ ਇਹ ਪੰਜਾਬ ਦੀ ਮਾੜੀ ਕਿਸਮਤ ਵਾ ਵੀ ਜਿਹੜੀ ਇਹ ਸਰਕਾਰ ਹੀ ਹਮੇਸ਼ਾ ਕੇਂਦਰ ਨਾਲੋਂ ਹੋਰ ਮੱਲ ਪਾਰਟੀ ਦੀ ਬਣਦੀ ਆ, ਮੈਂ ਤਾਂ ਇਹੀ ਕਹੂੰਗਾ ਵੀ ਇਹ ਸਿੱਧਾ ਹੀ ਮੰਨ ਕੇ ਕੇਂਦਰ ਦਾ ਹੱਥ ਵਾ ਵੀ ਜਿਹੜੇ ਉਹ ਸਿੱਧੇ ਤੌਰ ਤੇ ਇਹਨਾਂ ਅਫਸਰਾਂ ਦੇ ਨਾਲ ਮੀਟਿੰਗਾਂ ਕਰਕੇ ਆਪਣੇ ਤਰੀਕੇ ਨਾਲ ਪੰਜਾਬ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਆ, ਤੇ ਬਾਕੀ ਮੇਰਾ ਤਾਂ ਇੰਨਾ ਹੀ ਕਹਿਣਾ ਆ ਵੀ ਇਹ ਕੁਛ ਹੀ ਹੋ ਸਕਦਾ, ਹੋਰ ਤਾਂ ਮੈਨੂੰ ਕੁਛ ਇਹਦੇ ਵਿੱਚ ਲੱਗਦਾ ਨਹੀਂ।